ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਚੈਨਲ YouTube ਫਾਰਮਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਕਿਸਾਨ ਵੀਰਾਂ ਜੀ ਜਿਹੜੀ ਮਿਹਨਤ ਆ ਚਾਰ ਪੰਜ ਮਹੀਨੇ ਦੀ ਫਸਲ ਕਣਕ ਪੱਕਣ ਦੇ ਨੇੜੇ ਆ ਚੁੱਕੀ ਹੈ ਤੇ 1 ਅਪ੍ਰੈਲ ਤੋਂ ਬਾਅਦ ਜਿਹੜੀ ਬਾਡੀ ਵੀ ਆਰੰਭ ਹੋਣ ਵਾਲੀ ਹੈ ਲਗਭਗ 15 20 ਜਾਂ ਹੁਣ ਤੋਂ ਕਹੀ ਆਪਾਂ ਵੀ 20 25 ਦਿਨ ਬਾਕੀ ਰਹਿ ਗਏ ਨੇ ਕਿਉਂਕਿ ਮਾਰਚ ਮਹੀਨੇ ਦਾ ਵੀ ਜਿਹੜਾ ਅੰਤਾ ਤਕਰੀਬਨ ਹੋ ਚੁੱਕਾ ਹੈ ਸੋ ਅਜਿਹੇ ਵਿੱਚ ਕਿਸਾਨਾਂ ਦੇ ਮਨਾਂ ਵਿੱਚ ਇੱਕ ਦੋ ਚੀਤੀ ਜਹੀ ਫੈਲੀ ਹੋਈ ਹੈ ਵੀ ਕੀ ਇਸ ਸਾਲ ਜਿਹੜੀਆਂ ਕਣਕ ਦੀ ਫਸਲਾ ਉਹ ਪਿਛਲੇ ਸਾਲਾਂ ਵਾਂਗ ਰੂਟੀਨ ਵਿੱਚ ਉਹਦੀ ਖਰੀਦ ਹੋਵੇਗੀ ਜਾਂ ਨਹੀਂ ਕਿਉਂਕਿ ਜਿਹੜਾ ਕਰੋਨਾ ਵਾਇਰਸ ਫੈਲਿਆ ਹੋਇਆ ਦੇਸ਼ ਵਿੱਚ ਉਸ ਨਾਲ ਜਿਹੜੀਆਂ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਬਹੁਤ ਬੰਦਸ਼ਾਂ ਲੱਗ ਰਹੀਆਂ ਨੇ ਜਿਹੜੇ ਕਈ ਪ੍ਰਦੇਸ਼ ਨੇ ਲਾਕਡਾਊਨ ਹੋ ਰਹੇ ਨੇ ਸੋ ਅਜਿਹੇ ਵਿੱਚ ਕਿਸਾਨਾਂ ਦੇ ਮਨਾਂ ਵਿੱਚ ਇੱਕ ਡਰ ਵੀ ਹੈ ਕਿ ਉਹਨਾਂ ਦੀ ਜਿਹੜੀ ਇੰਨੇ ਮਿਹਨਤ ਕਰਕੇ ਪਾਲੀ ਹੋਈ ਫਸਲਾ ਕਿ ਉਹਦੀ ਖਰੀਦ ਸਹੀ ਸਮੇਂ ਤੇ ਹੋ ਜਾਵੇਗੀ ਜਾਂ ਨਹੀਂ ਸੋ ਇਹਦੇ ਸਬੰਧੀ ਆਪਾਂ ਕੁਝ ਜਿਹੜੇ ਮੰਡੀ ਬੋਰਡ ਦੇ ਅਧਿਕਾਰੀ ਹੁੰਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਉਹਨਾਂ ਦੇ ਮੁਤਾਬਕ ਵੀ ਇਹ ਹੀ ਜਾਣਕਾਰੀ ਹੈ ਵੀ ਜਿਹੜੀ ਫਸਲਾ ਇਸ ਸਾਲ ਕਣਕ ਦੀ ਉਹ ਪਿਛਲੇ ਸਾਲਾਂ ਵਾਂਗੂ ਹੀ ਵਿਕਣ ਦੇ ਅਸਾਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਖਬਰਾਂਉਣ ਦੀ ਲੋੜ ਨਹੀਂ ਐ ਡਰਨ ਦੀ ਲੋੜ ਨਹੀਂ ਐ ਫਿਲਹਾਲ ਜੇਕਰ ਸਥਿਤੀ ਆ ਉਹ ਆਉਣ ਵਾਲੇ ਦਿਨਾਂ ਤੱਕ ਉਮੀਦ ਹੈ ਵੀ ਕਾਬੂ ਵਿੱਚ ਆ ਜਾਵੇਗੀ ਕਿਉਂਕਿ ਹਲੇ ਸਮਾਂ ਕਾਫੀ ਬਾਕੀ ਹੈ ਸੋ ਸਰਕਾਰਾਂ ਵੱਲੋਂ ਉਪਰਾਲੇ ਜਾਰੀ ਨੇ ਇਸ ਵਾਇਰਸ ਵਾਲੀ ਸਥਿਤੀ ਨਾਲ ਨਜਿੱਠਣ ਲਈ ਸੋ ਆਪਾਂ ਨੂੰ ਵੀ ਇਹਦੇ ਵਿੱਚ ਸਾਥ ਦੇਣਾ ਚਾਹੀਦਾ ਹੈ ਸਰਕਾਰ ਦਾ ਸੋ ਜਿਹੜਾ ਅਨਾਜ ਦਾ ਭੰਡਾਰ ਕਰਨਾ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਇੱਕ ਅਨਾਜ ਹੋਇਆ ਰਾਸ਼ਨ ਸਬਜ਼ੀਆਂ ਤੇ ਇੱਕ ਮੈਡੀਕਲ ਸਟੋਰ ਇਹ ਤਿੰਨ ਚਾਰ ਚੀਜ਼ਾਂ ਜਿਹੀਂ ਆ ਹਨ ਜੀਨਾਂ ਦੀ ਜਿਹੜੀ ਸਾਂਭ ਸੰਭਾਲਾ ਉਹ ਸਰਕਾਰ ਬੋਰਾ ਕਰਨੀ ਚਾਹੀਦੀ ਕਰਨੀ ਪੈਂਦੀ ਹੈ ਸਰਕਾਰ ਦਾ ਇਹ ਜ਼ਰੂਰੀ ਮਤਲਬ ਕਹਿ ਦਿਆਂ ਉਹਦਾ ਕੰਮ ਹੈ ਉਹਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਪੂਰਾ ਦੇਸ਼ ਆ ਉਹਦੇ ਵਿੱਚ ਜੇਕਰ ਅਨਾਜ ਦੀ ਕਮੀ ਆਉਂਦੀ ਹੈ ਤਾਂ ਬਹੁਤ ਵੱਡੀ ਸਮੱਸਿਆ ਆਵਾ ਸਕਦੀ ਹੈ ਸੋ ਇਸ ਦੇ ਲਈ ਸਥਿਤੀ ਚਾਹੇ ਜਿੰਨੀ ਵੀ ਮਰਜੀ ਗੰਭੀਰ ਹੋਵੇ ਤਾਂ ਜਿਹੜਾ ਰਾਸ਼ਨ ਆ ਅਨਾਜ ਆ ਤਾਂ ਇਹਦਾ ਜਿਹੜਾ ਖਰੀਦ ਅਤੇ ਵਿਕਰੀ ਹੋਣੀ ਹੈ ਉਹ ਚਲਦੀ ਹੀ ਰਹੇਗੀ ਹਰ ਸਮੇਂ ਸੋ ਇਹ ਦੇ ਲਈ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿ ਇਸ ਸਾਲ ਕਣਕਾਂ ਦੀ ਖਰੀਦ ਹੋਵੇਗੀ ਜਾਂ ਨਹੀਂ ਕਿ ਵੀ ਕਿਸ ਤਰ੍ਹਾਂ ਹੋਵੇਗੀ ਤੋ ਇਹ ਸਾਬ ਸਰਕਾਰ ਦੀ ਜ਼ਿੰਮੇਵਾਰੀ ਆ ਤਾਂ ਉਸਨੇ ਆਪਣੇ ਅਕੋਰਡਿੰਗ ਜਿਹੜੇ ਸਾਭੇ ਦੇ ਸੰਬੰਧੀ ਜਿਹੜੇ ਉਦੇਸ਼ ਨੇ ਕੰਮ ਨੇ ਉਹ ਪੂਰੇ ਕਰਕੇ ਜਿਹੜੀ ਖਰੀਦ ਆ ਉਹ ਕੰਕਰੀਟ ਸੱਚੇ ਢਾਂਗੇ ਨਾਲ ਪੂਰੇ ਕਰਨ ਦੇ ਯਤਨ ਕਰੇਗੀ ਤੇ ਉਸ ਤੋਂ ਬਾਅਦ ਇਹ ਜਿਹੜੀ ਸਥਿਤੀ ਵਿਗੜੀ ਹੋਈ ਹੈ ਵਾਇਰਸ ਕਾਰਨ ਇਹ ਆਪਾਂ ਇਹੀ ਉਮੀਦ ਕਰਦੇ ਆਂ ਵੀ ਜਲਦ ਤੋਂ ਜਲਦ ਇਹਦਾ ਸੁਧਾਰ ਹੋਵੇਗਾ ਤੇ ਜਿਹੜੇ ਹੁਣ ਆਪਣੇ ਆਮ ਖੁੱਲੇ ਡੁੱਲੇ ਜਿਹੜੇ ਸੁਭਾਅ ਦੇ ਮਾਲਕ ਪੰਜਾਬੀ ਕਹੀਏ ਜਿਹੜੇ ਖੁੱਲੇ ਜੀਵਨ ਵਿੱਚ ਰਹਿਣਾ ਪਸੰਦ ਕਰਦੇ ਨੇ ਤਾਂ ਉਹ ਵੀ ਇੱਕ ਕਿਸਮ ਨਾਲ ਬੰਦਸ਼ਾਂ ਵਿੱਚ ਪੰਜੇ ਜੇ ਹੈਗੇ ਨੇ ਇਸ ਵਾਇਰਸ ਦੇ ਕਾਰਨ ਕਿਉਂਕਿ ਸਰਕਾਰਾਂ ਵੱਲੋਂ ਸਖਤ ਹਦਾਇਤਾਂ ਦਿੱਤੀ ਸੋ ਉਮੀਦ ਕਰਦੇ ਆਂ ਵੀ ਜਲਦੀ ਸਥਿਤੀ ਜਿਹੜੀ ਸਾਹ ਵਧੀਆ ਹੋਵੇਗੀ ਵਿਗੜੀ ਹੋਈ ਸਥਿਤੀ ਜਿਹੜੀ ਸੁਧਾਰ ਆਵੇਗਾ ਤੇ ਇੱਕ ਵਾਰ ਫਿਰ ਜਿਹੜਾ ਪੰਜਾਬ ਦਾ ਆਮ ਜੀਵਨ ਆਮ ਦੀ ਤਰ੍ਹਾਂ ਜਿਹੜਾ ਚਾਲੂ ਹੋਵੇਗਾ